अंकल जी ਤੁਸੀਂ ਇਹ ਕਦੋਂ ਤੋਂ ਲਾ ਰਹੇ ਹੋ ਇੱਥੇ ਤੇ ਹੋ ਗਏ 6 ਮਹੀਨੇ ਜੀ ਉਹਦਾ ਕੰਮ ਸਾਡਾ ਤੀਜੀ ਪੀੜੀ ਹੈ ਸਪੈਸ਼ਲ ਕੀ ਹੈ ਇਹਦੇ ਚ ਸਪੈਸ਼ਲ ਸਾਡਾ ਰਬੜੀ ਫਲੂਦਾ ਹੈ ਜੀ ਪਹਿਲਾਂ ਸਾਡੇ ਦਰੇਸੀ ਦੇ ਜਿਹੜੀ ਲੱਗਦੀ ਸੀ ਜੈਨ ਸਕੂਲ ਦਾ ਐਸਐਨ ਜੈਨ ਸਕੂਲ ਮਾਡਲ ਦਾ ਫਿਰ ਉਸ ਤੋਂ ਬਾਅਦ ਸਿਵਲ ਲਾਈਨ ਡੰਡੀ ਸਵਾਮੀ ਦੁਕਾਨ ਹੈਗੀ ਪਿਆਰਾ ਲਾਲ ਦੀਨ ਦਲਨ ਸੰਸ ਦੇ ਨਾਮ ਤੇ ਇੱਕ ਅੱਡਾ ਇਹ ਹੈ ਸਾਡਾ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਤੁਸੀਂ ਇਹ ਕਦੋਂ ਤੋਂ ਲਾ ਰਹੇ ਹੋ ਇੱਥੇ ਤੇ ਹੋ ਗਏ 6 ਮਹੀਨੇ ਜੀ ਉਹਦਾ ਕੰਮ ਸਾਡਾ ਤੀਜੀ ਪੀੜੀ ਹੈ ਤੀਜੀ ਪੀੜੀ ਦਾ ਵਾਹ ਕੀ ਬਾਤ ਹੈ ਤੇ ਤੁਸੀਂ ਸਾਨੂੰ ਦੱਸ ਸਕਦੇ ਤੇ ਕਿਹੜਾ ਜਿਹੜਾ ਸਪੈਸ਼ਲ ਕੀ ਹੈ ਇਹਦੇ ਚ ਸਪੈਸ਼ਲ ਸਾਡਾ ਰਬੜੀ ਫਲੂਦਾ ਹੈ ਜੀ ਪਹਿਲਾਂ ਸਾਡੇ ਦਰੇਸੀ ਰੇੜੀ ਲੱਗਦੀ ਸੀ ਜੈਨ ਸਕੂਲ ਦਾ ਐਸਐਨ ਜੈਨ ਸਕੂਲ ਮਾਡਲ ਦਾ ਫਿਰ ਉਸ ਤੋਂ ਬਾਅਦ ਸਿਵਲ ਲਾਈਨ ਡੰਡੀ ਸਵਾਮੀ ਦੁਕਾਨ ਹੈਗੀ ਪਿਆਰਾ ਲਾਲ ਦੀਨ ਦਲਨ ਸੰਸ ਦੇ ਨਾਮ ਤੇ ਇੱਕ ਅੱਡਾ ਇਹ ਹੈ ਸਾਡਾ ਤੁਸੀਂ ਸਾਨੂੰ ਦੱਸ ਸਕਦੇ ਵੀ ਲੋਕਾਂ ਦੁਆਰਾ ਕਿੱਦਾਂ ਪਸੰਦ ਕੀਤਾ ਜਾਂਦਾ ਕਿਹੜੇ ਕਮੈਂਟਸ ਤੁਹਾਨੂੰ ਆਉਂਦੇ ਨੇ ਕਮੈਂਟ ਤੇ ਬਹੁਤ ਅੱਛੇ ਸਾਡੇ ਪੁਰਾਣੇ ਰਿਲੇਸ਼ਨ ਗਾਹਕ ਹੈਗੇ ਜੈਨੀ ਰਿਲੇਸ਼ਨ 'ਚ ਹੈ ਔਰ ਮੋਕਟਲ ਹੈ ਸਾਡਾ ਸਪੈਸ਼ਲ ਮਜ਼ੀਟੋ ਵਗੈਰਾ ਔਰ ਰਬੜੀ ਫਲੂਦਾ ਹੈ ਔਰ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਆਮ ਪਾਪੜ ਸਪੈਸ਼ਲ ਹੈ ਸਾਡਾ ਟਾਈਮਿੰਗ ਕਦੋਂ ਤੋਂ ਲੈ ਕੇ ਕਦੋਂ ਤੱਕ ਸ਼ਾਮੀ 4 ਵਜੇ ਤੋਂ ਲੈ ਕੇ ਹੈ ਜੀ ਰਾਤੀ 11 ਵਜੇ ਤੱਕ 11 ਵਜੇ ਜਿਵੇਂ ਤੁਸੀਂ ਕਿਹਾ ਸਾਡਾ ਰਬੜੀ ਫਲੂਦਾ ਬੜਾ ਫੇਮਸ ਹੈ ਉਹ ਚੀਜ਼ ਸਰ ਦੇਖੋ ਸਾਨੂੰ ਬਣਾ ਕੇ ਦਿਖਾ ਰਹੇ ਹੋ ਸਰ ਇਹਦੇ 'ਚ ਕੀ ਪਾਉਂਦੇ ਹੋ ਕਿਹੜੇ ਕਿਹੜੇ ਚੀਜ਼ ਸਪੈਸ਼ਲ ਹੈ ਇਹ ਲੱਛੇ ਹੈ ਜੀ ਜਿਹਨੂੰ ਰਬੜੀ ਫਲੂਦਾ ਕਿਹਾ ਜਾਂਦਾ ਹੈ ਉਹਦਾ ਗ੍ਰੀਟਿੰਗ ਆ ਦੇਖੋ ਵਿੱਚ ਬਰਫ਼ ਪਾਈ ਜਾ ਰਹੀ ਹੈ ਕਿਸਕੇ ਜਿਵੇਂ ਕਿ ਬਰਫ਼ ਪਾਈ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਜਿਵੇਂ ਆ ਰਬੜੀ ਪਾਈ ਜਾ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਕਿ ਗਲਾਸ ਦੀ ਡੈਕੋਰੇਸ਼ਨ ਆ ਸਵਾਦ ਆ ਉਹ ਬਣਾਇਆ ਜਾ ਰਿਹਾ ਹੈ ਇਹ 90 ਰੁਪਏ ਦਾ ਗਲਾਸ ਹੈ ਜੀ ਸਰ ਇਹਦੇ ਫਲੇਵਰਸ ਕਿਹੜੇ ਕਿਹੜੇ ਨੇ ਮਿਕਸ ਫਰੂਟ ਹੈ ਜੀ ਮੈਂਗੋ ਹੈ ਬਲੈਕ ਕਰੰਟ ਹੈ ਸਟ੍ਰਾਬਰੀ ਹੈ ਬਟਰ ਸਕੋਚ ਹੈ ਤੇ ਕਿਹੜਾ ਇਹਨਾਂ 'ਚ ਲੋਕ ਜ਼ਿਆਦਾ ਪਸੰਦ ਕਰਦੇ ਸਾਰੇ ਮੋਸਟਲੀ ਸਾਰੇ ਹੀ ਚੱਲਦੇ ਮੈਂ ਬਟਰ ਸਕੋਚ ਤੁਹਾਨੂੰ ਟੇਸਟ ਕਰਵਾਉਣਾ ਆ ਦੇਖ ਸਕਦੇ ਹੋ ਕਿੰਨੇ ਬਿਹਤਰੀਨ ਤਰੀਕੇ ਨਾਲ ਆ ਜਿਹੜਾ ਰੇਵੜੀ ਵਾਲਾ ਉਹ ਆ ਤਿਆਰ ਹੋ ਚੁੱਕਿਆ ਪੂਰਾ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਇੰਨਾ ਲਾਜਵਾਬ ਲੱਗ ਰਿਹਾ ਆ ਇਹਨੂੰ ਮੈਸ਼ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਸਾਰਾ ਸੀ ਉਹ ਮਿਕਸ ਹੋ ਜੇ ਅੰਕਲ ਜੀ ਤੁਸੀਂ ਇਹ ਕਦੋਂ ਤੋਂ ਲਾ ਰਹੇ ਹੋ ਇੱਥੇ ਤੇ ਹੋ ਗਏ 6 ਮਹੀਨੇ ਜੀ ਉਹਦਾ ਕੰਮ ਸਾਡਾ ਤੀਜੀ ਪੀੜੀ ਹੈ ਸਪੈਸ਼ਲ ਕੀ ਹੈ ਇਹਦੇ ਚ ਸਪੈਸ਼ਲ ਸਾਡਾ ਰਬੜੀ ਫਲੂਦਾ ਹੈ ਜੀ ਪਹਿਲਾਂ ਸਾਡੇ ਦਰੇਸੀ ਜਿਹੜੀ ਲੱਗਦੀ ਸੀ ਜੈਨ ਸਕੂਲ ਦਾ ਐਸਐਨ ਜੈਨ ਸਕੂਲ ਮਾਡਲ ਦਾ ਫਿਰ ਉਸ ਤੋਂ ਬਾਅਦ ਸਿਵਲ ਲਾਈਨ ਡੰਡੀ ਸਵਾਮੀ ਦੁਕਾਨ ਹੈਗੀ ਪਿਆਰਾ ਲਾਲ ਦੀਨ ਦਲਨ ਸੰਸ ਦੇ ਨਾਮ ਤੇ ਇੱਕ ਅੱਡਾ ਇਹ ਹੈ ਸਾਡਾ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਤੁਸੀਂ ਇਹ ਕਦੋਂ ਤੋਂ ਲਾ ਰਹੇ ਹੋ ਇੱਥੇ ਤੇ ਹੋ ਗਏ 6 ਮਹੀਨੇ ਜੀ ਉਹਦਾ ਕੰਮ ਸਾਡਾ ਤੀਜੀ ਪੀੜੀ ਹੈ ਤੀਜੀ ਪੀੜੀ ਦਾ ਵਾਹ ਕੀ ਬਾਤ ਹੈ ਤੇ ਤੁਸੀਂ ਸਾਨੂੰ ਦੱਸ ਸਕਦੇ ਤੇ ਕਿਹੜਾ ਜਿਹੜਾ ਸਪੈਸ਼ਲ ਕੀ ਹੈ ਇਹਦੇ ਚ ਸਪੈਸ਼ਲ ਸਾਡਾ ਰਬੜੀ ਫਲੂਦਾ ਹੈ ਜੀ ਪਹਿਲਾਂ ਸਾਡੇ ਦਰੇਸੀ ਰੇੜੀ ਲੱਗਦੀ ਸੀ ਜੈਨ ਸਕੂਲ ਦਾ ਐਸਐਨ ਜੈਨ ਸਕੂਲ ਮਾਡਲ ਦਾ ਫਿਰ ਉਸ ਤੋਂ ਬਾਅਦ ਸਿਵਲ ਲਾਈਨ ਡੰਡੀ ਸਵਾਮੀ ਦੁਕਾਨ ਹੈਗੀ ਪਿਆਰਾ ਲਾਲ ਦੀਨ ਦਲਨ ਸੰਸ ਦੇ ਨਾਮ ਤੇ ਇੱਕ ਅੱਡਾ ਇਹ ਹੈ ਸਾਡਾ ਤੁਸੀਂ ਸਾਨੂੰ ਦੱਸ ਸਕਦੇ ਵੀ ਲੋਕਾਂ ਦੁਆਰਾ ਕਿੱਦਾਂ ਪਸੰਦ ਕੀਤਾ ਜਾਂਦਾ ਕਿਹੜੇ ਕਮੈਂਟਸ ਤੁਹਾਨੂੰ ਆਉਂਦੇ ਨੇ ਕਮੈਂਟ ਤੇ ਬਹੁਤ ਅੱਛੇ ਸਾਡੇ ਪੁਰਾਣੇ ਰਿਲੇਸ਼ਨ ਗਾਹਕ ਹੈਗੇ ਜੈਨੀ ਰਿਲੇਸ਼ਨ 'ਚ ਹੈ ਔਰ ਮੋਕਟਲ ਹੈ ਸਾਡਾ ਸਪੈਸ਼ਲ ਮਜ਼ੀਟੋ ਵਗੈਰਾ ਔਰ ਰਬੜੀ ਫਲੂਦਾ ਹੈ ਔਰ ਸਭ ਤੋਂ ਮੇਨ ਵੱਡੀ ਗੱਲ ਹੈ ਕਿ ਆਮ ਪਾਪੜ ਸਪੈਸ਼ਲ ਹੈ ਸਾਡਾ ਟਾਈਮਿੰਗ ਕਦੋਂ ਤੋਂ ਲੈ ਕੇ ਕਦੋਂ ਤੱਕ ਸ਼ਾਮੀ 4 ਵਜੇ ਤੋਂ ਲੈ ਕੇ ਹੈ ਜੀ ਰਾਤੀ 11 ਵਜੇ ਤੱਕ 11 ਵਜੇ ਜਿਵੇਂ ਤੁਸੀਂ ਕਿਹਾ ਸਾਡਾ ਰਬੜੀ ਫਲੂਦਾ ਬੜਾ ਫੇਮਸ ਹੈ ਉਹ ਚੀਜ਼ ਸਰ ਦੇਖੋ ਸਾਨੂੰ ਬਣਾ ਕੇ ਦਿਖਾ ਰਹੇ ਹੋ ਸਰ ਇਹਦੇ 'ਚ ਕੀ ਪਾਉਂਦੇ ਹੋ ਕਿਹੜੇ ਕਿਹੜੇ ਚੀਜ਼ ਸਪੈਸ਼ਲ ਹੈ ਇਹ ਲੱਛੇ ਹੈ ਜੀ ਜਿਹਨੂੰ ਰਬੜੀ ਫਲੂਦਾ ਕਿਹਾ ਜਾਂਦਾ ਉਹਦਾ ਗ੍ਰੀਟਿੰਗ ਹੈ ਦੇਖੋ ਵਿੱਚ ਬਰਫ਼ ਪਾਈ ਜਾ ਰਹੀ ਹੈ ਕਿਸਕੇ ਜਿਵੇਂ ਕਿ ਬਰਫ਼ ਪਾਈ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਜਿਵੇਂ ਆ ਰਬੜੀ ਪਾਈ ਜਾ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਕਿ ਗਲਾਸ ਦੀ ਡੈਕੋਰੇਸ਼ਨ ਆ ਸਵਾਦ ਆ ਉਹ ਬਣਾਇਆ ਜਾ ਰਿਹਾ ਹੈ ਇਹ 90 ਰੁਪਏ ਦਾ ਗਲਾਸ ਹੈ ਜੀ ਸਰ ਇਹਦੇ ਫਲੇਵਰਸ ਕਿਹੜੇ ਕਿਹੜੇ ਨੇ ਮਿਕਸ ਫਰੂਟ ਹੈ ਜੀ ਮੈਂਗੋ ਹੈ ਬਲੈਕ ਕਰੰਟ ਹੈ ਸਟ੍ਰਾਬਰੀ ਹੈ ਬਟਰ ਸਕੋਚ ਹੈ ਤੇ ਕਿਹੜਾ ਇਹਨਾਂ 'ਚ ਲੋਕ ਜ਼ਿਆਦਾ ਪਸੰਦ ਕਰਦੇ ਸਾਰੇ ਮੋਸਟਲੀ ਸਾਰੇ ਹੀ ਚੱਲਦੇ ਮੈਂ ਬਟਰ ਸਕੋਚ ਤੁਹਾਨੂੰ ਟੇਸਟ ਕਰਵਾਉਣਾ ਆ ਦੇਖ ਸਕਦੇ ਹੋ ਕਿੰਨੇ ਬਿਹਤਰੀਨ ਤਰੀਕੇ ਨਾਲ ਆ ਜਿਹੜਾ ਰੇਵੜੀ ਵਾਲਾ ਉਹ ਆ ਤਿਆਰ ਹੋ ਚੁੱਕਿਆ ਪੂਰਾ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਇੰਨਾ ਲਾਜਵਾਬ ਲੱਗ ਰਿਹਾ ਆ ਇਹਨੂੰ ਮੈਸ਼ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਸਾਰਾ ਸੀ ਉਹ ਮਿਕਸ ਹੋ ਜੇ